ਅੱਜ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਬਾਬਾ ਰਾਮਦੇਵ ਪਤੰਜਲੀ ਦੀ ਪੂਰੀ ਸੰਪੱਤੀ ਦੇ ਹੱਕਦਾਰ ਆ, ਪਰ ਉਹ ਪਤੰਜਲੀ ਦੇ ਬ੍ਰਾਂਡ ਅੰਬੈਸਲਰ ਅਤੇ ਸਹਾਇਕ ਨੇ। ਦੋਸਤੋ, ਇਹ ਗੱਲ ਬਿਲਕੁਲ ਸੱਚ ਆ। ਅੱਜ ਆਪਾਂ ਪਤੰਜਲੀ ਬਾਰੇ ਗੱਲਬਾਤ ਕਰਨ ਵਾਲੇ ਹਾਂ। ਜੇਕਰ ਤੁਹਾਨੂੰ ਮੋਟੀਵੇਸ਼ਨਲ ਵੀਡੀਓਜ਼ ਦੇਖਣੀਆਂ ਪਸੰਦ ਆ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ। ਮੇਰਾ ਨਾਮ ਹੈ ਰਜਿੰਦਰ ਬਰਾੜ ਅਤੇ ਤੁਸੀਂ ਦੇਖ ਰਹੇ ਹੋ RB ਪੰਜਾਬੀ ਫਨ। ਉਸ ਤੋਂ ਪਹਿਲਾਂ ਦੋਸਤੋ, ਮੈਂ ਤੁਹਾਨੂੰ ਇੱਕ ਹੋਰ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ RB ਪੰਜਾਬੀ ਫਨ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਤੁਸੀਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਮੈਂ ਇੱਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿੰਦਾ। ਸੋ ਦੋਸਤੋ, ਆਪਾਂ ਪਤੰਜਲੀ ਬਾਰੇ ਗੱਲ ਕਰ ਲੈਂਦੇ ਹਾਂ। ਜੋ ਲੋਕ ਸੋਚਦੇ ਆ ਕਿ ਬਾਬਾ ਰਾਮਦੇਵ ਪੂਰੀ ਤਰ੍ਹਾਂ ਪਤੰਜਲੀ ਦੇ ਮਾਲਕ ਨੇ, ਸਾਰੀ ਕੰਪਨੀ ਉਹਨਾਂ ਦੀ ਆ, ਤਾਂ ਉਹ ਗਲਤ ਸੋਚਦੇ ਨੇ। ਪਤੰਜਲੀ ਦੀ ਸੰਪੱਤੀ ਦੇ 94% ਹਿੱਸੇਦਾਰ ਆਚਾਰਿਆ ਬਾਲਕ੍ਰਿਸ਼ਨ ਨੇ। ਇਹਦੀ ਨੈੱਟਵਰਥ 25,000 ਕਰੋੜ ਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਸਾਲ 100 ਅਮੀਰ ਲੋਕਾਂ ਦੀ ਸੂਚੀ ਦੇ ਵਿੱਚ ਆਚਾਰਿਆ ਬਾਲਕ੍ਰਿਸ਼ਨ ਦਾ ਨਾਮ ਮਯੂਸ ਸੀ। ਪਤੰਜਲੀ ਦੇ ਵਿੱਚ ਲਗਭਗ 2 ਲੱਖ ਲੋਕ ਕੰਮ ਕਰਦੇ ਆ ਅਤੇ ਪਤੰਜਲੀ ਨੇ ਇਸ ਸਾਲ 5,000 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕੀਤੀ। ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇਸ ਕੰਪਨੀ ਦਾ ਜ਼ਿਆਦਾਤਰ ਹਿੱਸਾ ਆਚਾਰਿਆ ਬਾਲਕ੍ਰਿਸ਼ਨ ਦੇ ਕੋਲ ਆ। ਦੋਸਤੋ, ਬਾਲਕ੍ਰਿਸ਼ਨ ਬਾਰੇ ਗੱਲ ਕਰੀਏ ਤਾਂ ਬਾਲਕ੍ਰਿਸ਼ਨ ਨੇ ਦਵਾਈਆਂ ਬਣਾਉਣ ਦਾ ਜਿਹੜਾ ਕਾਰੋਬਾਰ ਸੀ ਉਹ ਹੱਥੀਂ ਸ਼ੁਰੂ ਕੀਤਾ ਸੀ ਅਤੇ ਉਹ ਦਵਾਈਆਂ ਤਿਆਰ ਕਰਕੇ ਫ੍ਰੀ ਦੇ ਵਿੱਚ ਲੋਕਾਂ ਨੂੰ ਸੇਵਾ ਦੇ ਤੌਰ 'ਤੇ ਦਿੰਦੇ ਸੀ ਉਹਨਾਂ ਦੀ। ਪਰ ਉਹਨਾਂ ਨੇ ਸੋਚਿਆ ਕਿ ਉਹ ਹੱਥੀਂ ਬਣਾ ਕੇ ਕਿੰਨੇ ਕੁ ਲੋਕਾਂ ਦੀ ਸੇਵਾ ਕਰ ਸਕਦੇ ਆ। ਸੋ ਉਹਨਾਂ ਨੇ ਬਾਬਾ ਰਾਮਦੇਵ ਦੇ ਨਾਲ ਤਾਲਮੇਲ ਕੀਤਾ। ਬਾਬਾ ਰਾਮਦੇਵ ਸਾਹਮਣੇ ਉਹਨਾਂ ਨੇ ਇਹ ਸੁਝਾਅ ਰੱਖਿਆ ਕਿ ਕਿਉਂ ਨਾ ਪਤੰਜਲੀ ਨਾਮ ਦੀ ਇੱਕ ਕੰਪਨੀ ਦਾ ਨਿਰਮਾਣ ਕੀਤਾ ਜਾਵੇ। ਦੋਸਤੋ, ਅੱਜ ਉਹ ਕੰਪਨੀ ਪੂਰੇ ਰੰਗ ਦੇ ਵਿੱਚ ਆ, ਕਿਉਂਕਿ ਅੱਜ ਕੰਪਨੀ ਵੱਖ ਵੱਖ ਤਰ੍ਹਾਂ ਦੇ 400 ਦੇ ਕਰੀਬ ਪ੍ਰੋਡਕਟ ਬਣਾ ਰਹੀ ਆ ਅਤੇ ਉਹਨਾਂ ਦੇ ਪ੍ਰੋਡਕਟ ਇੰਡੀਆ ਵਿੱਚ ਹੀ ਨਹੀਂ ਬਲਕਿ ਫੋਰਨ ਦੇ ਵਿੱਚ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਵੇਚੇ ਜਾਂਦੇ ਆ, ਜਾਂ ਕਹਿ ਸਕਦੇ ਹਾਂ ਕਿ ਲੋਕਾਂ ਦੁਆਰਾ ਉਹਨਾਂ ਦੇ ਪ੍ਰੋਡਕਟ ਖੂਬ ਪਸੰਦ ਕੀਤੇ ਜਾ ਰਹੇ ਆ। ਪਤੰਜਲੀ ਨੇ ਉਹ ਕੰਮ 20 ਸਾਲਾਂ ਦੇ ਵਿੱਚ ਹੀ ਕਰ ਦਿਖਾਇਆ ਜੋ ਵੀਕੋ ਵਰਗੀ ਕੰਪਨੀ 50 ਸਾਲ ਦੇ ਵਿੱਚ ਨਹੀਂ ਕਰ ਸਕੀ। ਇਸ ਟਾਈਮ ਦੀ ਗੱਲ ਕਰੀਏ ਤਾਂ ਇਹ ਕੰਪਨੀ ਮਲਟੀਨੈਸ਼ਨਲ ਕੰਪਨੀਆਂ ਨੂੰ ਪੂਰੀ ਤਰ੍ਹਾਂ ਟੱਕਰ ਦੇ ਰਹੀ ਆ। ਇਸ ਦੇ ਪਿੱਛੇ ਆਚਾਰਿਆ ਬਾਲਕ੍ਰਿਸ਼ਨ ਅਤੇ ਬਾਬਾ ਰਾਮਦੇਵ ਦਾ ਬਹੁਤ ਵੱਡਾ ਹੱਥ ਆ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਹਾਰਡ ਵਰਕ ਦੇ ਨਾਲ ਕੰਪਨੀ ਨੂੰ ਅੱਗੇ ਵਧਾਇਆ ਅਤੇ ਅੱਜ ਲੋਕਾਂ ਦੀ ਪਹਿਲੀ ਪਸੰਦ ਪਤੰਜਲੀ ਬਣੀ ਹੋਈ ਆ। ਦੋਸਤੋ, ਪਤੰਜਲੀ ਦੀ ਜਿਹੜੀ ਸਕਸੈਸ ਦਾ ਸਭ ਤੋਂ ਵੱਡਾ ਕਾਰਨ ਆ ਕਿ ਉਹਨਾਂ ਨੇ ਆਪਣੀ ਕੰਪਨੀ ਨੂੰ ਇਸ ਤਰ੍ਹਾਂ ਮੇਨਟੇਨ ਕੀਤਾ ਕਿ ਉਸ ਦੇ ਉੱਪਰ ਪ੍ਰੋਡਕਟ ਦੇ ਉੱਪਰ ਖਰਚਾ ਬਹੁਤ ਘੱਟ ਆਵੇ। ਜਿਵੇਂ ਕਿ ਫੋਰਨ ਕੰਟਰੀ ਦੇ ਵਿੱਚ ਆਪਾਂ ਜੋ ਕੰਪਨੀਆਂ ਦੇਖਦੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੈਲਰੀ ਅਤੇ ਜਿਹੜੇ ਇੰਜੀਨੀਅਰ ਰੱਖੇ ਹੁੰਦੇ ਆ, ਜਾਂ ਕਹਿ ਸਕਦੇ ਹਾਂ ਕਿ ਪ੍ਰੋਡਕਟ ਤਿਆਰ ਕਰਨ ਦੇ ਲਈ ਜੋ ਵੀ ਵਰਕਰ ਰੱਖੇ ਹੁੰਦੇ ਉਹਨਾਂ ਨੂੰ ਕਰੋੜਾਂ ਰੁਪਏ ਦੇ ਵਿੱਚ ਵੀ ਸੈਲਰੀ ਦਿੱਤੀ ਜਾਂਦੀ ਆ। ਬਟ ਬਾਬਾ ਰਾਮਦੇਵ ਦੀ ਕੰਪਨੀ ਦੇ ਵਿੱਚ ਕੋਈ ਵੀ ਇੱਦਾਂ ਦਾ ਵਰਕਰ ਨਹੀਂ ਜੋ ਕਿ ਕਰੋੜਾਂ ਦੇ ਵਿੱਚ ਸੈਲਰੀ ਲੈਂਦਾ ਹੋਵੇ, ਪਰ ਉਹਨਾਂ ਦੀ ਜਿਹੜੀ ਕੰਪਨੀ ਦੇ ਪ੍ਰੋਡਕਟ ਵਿਕ ਰਹੇ ਆ। ਜਿਵੇਂ ਦੋਸਤੋ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਬਾਬਾ ਰਾਮਦੇਵ ਦੀ ਜਿਹੜੀ ਪਤੰਜਲੀ ਕੰਪਨੀ ਦੇ 400 ਤੋਂ ਜ਼ਿਆਦਾ ਪ੍ਰੋਡਕਟ ਇਸ ਟਾਈਮ ਬਾਜ਼ਾਰ ਦੇ ਵਿੱਚ ਸੇਲ ਹੋ ਰਹੇ ਆ, ਲੋਕ ਉਹਨਾਂ ਨੂੰ ਪਸੰਦ ਕਰ ਰਹੇ ਆ। ਉਹਨਾਂ ਦੇ ਲਾਸਟ ਜਿਹੜੇ ਸੀਗੇ ਪ੍ਰੋਡਕਟ ਉਹ ਪਤੰਜਲੀ ਮੈਗੀ ਅਤੇ ਪਤੰਜਲੀ ਜੀਨ ਸੀ। ਹਾਲਾਂਕਿ ਪਤੰਜਲੀ ਜੀਨ ਨੂੰ ਲੈ ਕੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮਜ਼ਾਕ ਦਾ ਪਾਤਰ ਵੀ ਬਣਾਇਆ। ਉਹਨਾਂ ਦੀ ਜੇਕਰ ਆਪਾਂ ਐਡਵਰਟਾਈਜਮੈਂਟ ਦੀ ਗੱਲ ਕਰੀਏ ਤਾਂ ਬਾਬਾ ਰਾਮਦੇਵ ਨੇ TV ਤੋਂ ਇਲਾਵਾ ਇੰਟਰਨੈਟ 'ਤੇ ਅਤੇ ਇਸ ਤੋਂ ਇਲਾਵਾ ਜੋ ਉਹਨਾਂ ਦੀਆਂ ਯੋਗਾ ਕਲਾਸਿਸ ਹੁੰਦੀਆਂ ਉਸ ਦੇ ਦੁਆਰਾ ਵੀ ਆਪਣੇ ਪ੍ਰੋਡਕਟਸ ਦੀ ਖੂਬ ਐਡਵਰਟਾਈਜਮੈਂਟ ਕੀਤੀ। ਸੋ ਥੈਂਕ ਯੂ ਸੋ ਮੱਚ ਦੋਸਤੋ, ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਅਤੇ ਇਸ ਤੋਂ ਇਲਾਵਾ ਵੀਡੀਓ ਨੂੰ ਸ਼ੇਅਰ ਕਰੋ ਅਤੇ ਹੋਰ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ ਸੋ ਮੱਚ।